ਜਸਬੀਰ ਜੱਸੀ ਕਹਿੰਦੇ ਨੇ ਕਿ ਮੈਂ ਕਿਸੇ ਫੱਕਰ ਨੂੰ ਨਹੀਂ ਮੰਨਦਾ, ਮੈਂ ਇਹ ਚੀਜ਼ਾਂ ਨੇ ਕਿ ਪਾਖੰਡ ਹੁੰਦਾ ਉਹ ਕਹਿ ਰਹੇ ਨੇ, ਪਰ ਜਿਹੜੇ ਲੋਕ ਉੱਥੇ ਜਾਂਦੇ ਨੇ ਮੱਥਾ ਟੇਕਦੇ ਨੇ ਮੰਨਦੇ ਨੇ ਮੁਰਾਦ ਸ਼ਾਹ ਨੂੰ ਲਾਡੀ ਸ਼ਾਹ ਨੂੰ, ਉਹ ਕਹਿ ਰਹੇ ਨੇ ਕਿ ਗਲਤ ਕਹਿ ਰਹੇ ਆ, ਕਿ ਭਾਵਨਾਵਾਂ ਨਾਲ ਖਿਲਵਾੜ ਆ, ਉਹਨਾਂ ਨੂੰ ਮਾਫ਼ੀ ਮੰਗਣੀ ਚਾਹੀਦੀ ਜਸਬੀਰ ਜੱਸੀ ਨੂੰ ਕਿ ਬਿਲਕੁਲ ਗਲਤ ਕਰ ਰਿਹਾ, ਜੇ ਨਹੀਂ ਇਹਨੇ ਮੰਨਣਾ ਨਾ ਮੰਨੇ ਫਿਰ ਦੂਜੇ ਲੋਕਾਂ ਨੂੰ ਕਹਿੰਦੇ ਕਿਉਂ ਕਹਿ ਰਿਹਾ। ਬਿਲਕੁਲ ਇਹਨਾਂ ਦਾ ਤੁਹਾਡੇ ਨਾਲ ਕਰੀ ਆ, ਉਹਨਾਂ ਦੀ ਮਰਜ਼ੀ ਆ ਲੋਕਾਂ ਦੀ, ਜੇ ਲੋਕ ਖੂਹ 'ਚ ਡਿੱਗਦੇ ਡਿੱਗਣ ਦੇ, ਜੱਸੀ ਨੂੰ ਕੀ ਲੋੜ ਆ, ਜੱਸੀ ਆਪਣਾ ਰਸਤਾ ਸਹੀ ਇਖਤਿਆਰ ਕਰੇ। ਬਾਕੀ ਅਸੀਂ ਤਾਂ ਲੋਕਾਂ ਨੂੰ ਪ੍ਰੇਰ ਸਕਦੇ, ਬੇਨਤੀ ਕਰ ਸਕਦੇ ਵੀ ਇਹ ਲੋ ਇਹ ਕਰਮ ਕਾਂਡ ਹੈ, ਇਹਨਾਂ ਨਾਲ ਤੁਸੀਂ ਬਚਣਾ ਨਹੀਂ, ਨਾ ਤੁਸੀਂ ਫਿਰ ਕਹਿੰਦੇ ਸਵਰਗ ਨਰਕ, ਉਹਨਾਂ ਤੋਂ ਕਿਹੜਾ ਉਹਨਾਂ ਦਾ ਦੇਖਿਆ ਸਵਰਗ ਨਰਕ, ਉਹ ਕਿੱਥੇ ਆ, ਕਿਹੜੀ ਟਿਕਟ ਮਿਲਦੀ, ਉਹ ਐਵੇਂ ਜਿਹੜਾ ਸਾਰਾ ਕਰਮ ਕਾਂਡ ਆ, ਅਸਲੀ ਨਰਕ ਤਾਂ ਇੱਥੇ ਆ, ਇਹਦੇ ਜਿੱਦਾਂ ਨਰਕ ਇੱਥੇ ਜਿੱਥੇ ਗ੍ਰਹਿਸਤੀ, ਜਿਵੇਂ ਸ਼ਾਮ ਨੂੰ ਲੜਾਈ ਝਗੜਾ ਹੁੰਦਾ, ਘਰ ਵਾਲੀ ਅਤੇ ਘਰ ਵਾਲੀ ਰੋਟੀ ਤੋਂ ਲੜੀ ਜਾਂਦੇ ਆ, ਨਿਆਣੇ ਲੂਣ ਮਿਰਚ ਤੋਂ ਲੜੀ ਜਾਂਦੇ ਆ, ਕੱਪੜੇ ਤੋਂ ਲੜੀ ਜਾਂਦੇ, ਇਦੋਂ ਨਰਕ ਕਿੱਥੇ ਹੋ ਸਕਦਾ, ਨਰਕ ਤਾਂ ਇੱਥੇ ਆ, ਕਿੱਥੇ ਅਗਲੇ ਨੇ ਦੇਖਣਾ। ਪਹਿਲੀ ਗੱਲ ਤਾਂ ਇੱਥੇ ਜਦੋਂ ਮਨ ਦੀ ਟਿਕਾਓ ਦੀ ਅਵਸਥਾ ਵਾ, ਸ਼ਾਂਤ ਬੰਦਾ ਟਿਕਦਾ, ਕਾਮ ਕ੍ਰੋਧ ਲੋਭ ਹੰਕਾਰ ਤੋਂ ਬਚਦਾ, ਆਪਣਾ ਟਿਕਾਊ ਸੱਚਾ ਸੁੱਚਾ ਜੀਵਨ ਕਰਦਾ, ਧਰਮ ਦੀ ਕਿਰਤ ਕਰਦਾ, ਸਾਨੂੰ ਮਹਾਰਾਜ ਨੇ ਦੋ ਹੱਥ 'ਚ ਕਿਰਤ ਕਰਦਾ, ਉਹ ਲੋਕਾਂ ਨੂੰ ਹੋਰ ਨੂੰ ਖਵਾਉਂਦਾ, ਆਪ ਖਾਂਦਾ, ਬਾਕੀਆਂ ਨੂੰ ਖਵਾਉਂਦਾ, ਗਰੀਬਾਂ ਦੀ ਮਦਦ ਕਰਦਾ, ਇਹ ਸੱਚਾ ਸੁੱਚਾ ਜੀਵਨ ਆ ਕਿ ਚੁੱਪ ਕਰਕੇ ਇੱਕ ਥਾਂ ਬੈਠ ਜਾਓ। ਇਹ ਤਾਂ ਗੁਰੂ ਨਾਨਕ ਦਾ ਵੀ ਕਿਸੇ ਭਗਤ ਦਾ ਮਿਸ਼ਨ ਨਹੀਂ, ਹਜੇ ਤੱਕ ਕਿਸੇ ਦਾ ਮਿਸ਼ਨ ਨਹੀਂ ਵੀ ਤੁਸੀਂ ਲੋਕ ਇਕੱਲੇ ਵਿਹਲੇ ਬੈਠ ਕੇ ਖਾਓ, ਗੁਰੂ ਨਾਨਕ ਦਾ ਮਿਸ਼ਨ ਸੀ ਧਰਮ ਦੀ ਕਿਰਤ ਕਰਨੀ, ਫਿਰ ਦਸਵਾਂ ਨਾਮ ਜਪਣਾ, ਧਰਮ ਦੀ ਕਿਰਤ ਕਰਨੀ, ਵੰਡ ਕੇ ਛਕਣਾ, ਇਹ ਸਭ ਤੋਂ ਜ਼ਰੂਰੀ ਹੈ। ਜਦੋਂ ਇਹ ਕਰਾਂਗੇ ਸਮਾਜ ਅੱਗੇ ਤਰੱਕੀ ਕਰੇਗਾ, ਨਹੀਂ ਉੱਥੇ ਲੋਕਾਂ ਨੂੰ ਗੁੰਮਰਾਹ ਕਰਨਾ, ਗਲਤ ਰਸਤੇ ਦਿਖਾਉਣੇ, ਇਹ ਤਾਂ ਕੋਈ ਪਰਮਾਤਮਾ ਕਾਲ ਪੁਰਖ ਦਾ ਮਾਰਗ ਨਹੀਂ ਹੈ। ਤੁਹਾਨੂੰ ਕੀ ਲੱਗਦਾ ਜੋ ਇਹ ਸਾਰਾ ਕੁਛ ਹੋ ਰਿਹਾ, ਕਹਿੰਦੇ ਧਰਮ ਦੇ ਉੱਤੇ ਟਿੱਪਣੀ ਨਹੀਂ ਕਰਨੀ ਚਾਹੀਦੀ, ਕੋਈ ਧਰਮ ਹੈਗਾ ਇਹ ਜਿਸ ਇਸ ਹਿਸਾਬ ਦੇ ਨਾਲ ਚੱਲ ਰਿਹਾ, ਕਹਿੰਦੇ ਇਹ ਵੀ ਪੁਰਾਣਾ ਪੀਰਾਂ ਫਕੀਰਾਂ ਦਾ ਚੱਲਦਾ ਆ ਰਿਹਾ ਸੀ, ਉਹ ਗੱਦੀਆਂ ਸਾਂਭੀਆਂ ਗਈਆਂ ਨੇ, ਕਹਿੰਦੇ ਇਹ ਤਾਂ ਵੀ ਇਸ ਦੇ ਉੱਤੇ ਕੋਈ ਟਿੱਪਣੀ ਕਰ ਰਿਹਾ, ਉਹਨਾਂ ਨੂੰ ਔਖਾ ਬਹੁਤ ਹੋਏਗਾ ਆਉਣ ਵਾਲੇ ਟਾਈਮ ਦੇ ਵਿੱਚ, ਕਹਿੰਦੇ ਉਹ ਦੇਖ ਰਹੇ ਆ ਸਾਰਾ। ਕਿੱਥੇ ਦੇਖਦੇ ਜੀ, ਰੱਬ ਤੋਂ ਤੁੱਤੇ ਹੈ ਨਹੀਂ ਉਹ, ਉਹਨੇ ਰੱਬ ਦੇ ਭੇਜੇ ਹੋਏ, ਇੱਕ ਮਨੁੱਖ ਸਿੱਧਾ ਰੱਬ ਨਾਲ ਜੁੜਿਆ, ਇੱਕ ਵਿੱਚ ਏਜੰਟ ਨੇ, ਏਜੰਟ ਵੱਧ ਘੱਟ ਦੱਸ ਸਕਦੇ, ਜਿਹੜਾ ਬੰਦਾ ਸਿੱਧਾ ਰੱਬ ਨਾਲ ਜੁੜਿਆ ਉਹ ਤਾਂ ਵੱਧ ਘੱਟ ਹੀ ਦੱਸੂਗਾ। ਬਾਕੀ ਗੁਰਬਾਣੀ ਕਹਿੰਦੀ ਸਰਵ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਨ, ਜਿਹੜੇ ਨਿਰਮਲ ਕਰਮ ਕਰਨੇ ਉਹ ਸ੍ਰੇਸ਼ਟ ਧਰਮ ਆ, ਇਹ ਸ੍ਰੇਸ਼ਟ ਧਰਮ ਥੋੜ੍ਹਾ ਲੋਕਾਂ ਨੂੰ ਗੁੰਮਰਾਹ ਕਰਕੇ ਪੁੱਠੇ ਰਾਹ ਪਾਉਣਾ, ਇਹ ਤਾਂ ਨਹੀਂ ਧਰਮ। ਧਰਮ ਕੀ ਕਹਿੰਦਾ, ਧਰਮ ਕਹਿੰਦਾ ਕਿ ਜਿਹੜੀ ਕਾਇਨਾਤ ਵਿੱਚ ਪਰਮਾਤਮਾ ਕਾਲ ਪੁਰਖ ਨੂੰ ਵੇਖਣਾ, ਕਿਸੇ ਦਾ ਦਿਲ ਨਹੀਂ ਦਿਖਾਉਣਾ, ਕਿਸੇ ਨੂੰ ਗਲਤ ਗਾਈਡ ਨਹੀਂ ਕਰਨਾ, ਗਲਤ ਰਸਤੇ 'ਚ ਪਾਉਣਾ। ਮੈਂ ਤੁਹਾਨੂੰ ਸਵਾਲ ਕਰਦਾ, ਇੱਕ ਮਨੁੱਖ ਕਹਿੰਦਾ ਵੀ ਤੁਸੀਂ ਵਿਆਹ ਕਰਾਉਣ ਦੀ ਲੋੜ ਹੀ ਨਹੀਂ, ਜੰਗਲਾਂ 'ਚ ਚਲੇ ਜਾਓ, ਇਹ ਸਰਵ ਧਰਮ ਸ੍ਰੇਸ਼ਟ ਧਰਮ, ਉਹ ਗੁੰਮਰਾਹ ਕਰ ਰਿਹਾ ਉਹਨੂੰ, ਕਿਉਂਕਿ ਗ੍ਰਹਿਸਤੀ ਜੀਵਨ ਤੋਂ ਸਿਸਟਮ ਤੋਂ ਤੋੜਿਆ, ਮਨੁੱਖਤਾ ਤੋੜਿਆ। ਇਹ ਕਹਿੰਦਾ ਜਾਨਵਰ ਵੱਢ ਵੱਢ ਖਾ ਲਓ, ਜਾਨਵਰ ਖਤਮ ਕਰ ਦਿਓ, ਪਹਾੜ ਤੋੜ ਦਿਓ, ਦਰਖਤ ਵੱਢ ਦਿਓ, ਇਹ ਧਰਮ 'ਚ ਆਉਂਦਾ? ਜਾਂ ਅਸੀਂ ਮਤਲਬ ਕਿਸੇ ਮਨੁੱਖ 'ਤੇ ਤਸ਼ੱਦਦ ਕਰਨਾ ਕਿਸੇ ਧਰਮ 'ਚ ਆਉਂਦਾ? ਕਿਸੇ ਦੀ ਜੇਬ ਪਾਉਟ ਕਰਨੀ, ਕਿਸੇ ਨੂੰ ਨਸ਼ਿਆਂ 'ਤੇ ਲਾਉਣਾ ਧਰਮ ਵਿੱਚ ਆਉਂਦਾ? ਧਰਮ 'ਤੇ ਨੇਚਰ ਕੁਦਰਤ ਦੇ ਨਾਲ ਪਿਆਰ ਕਰਨਾ, ਹਰ ਮਨੁੱਖ ਨੂੰ ਪਿਆਰ ਕਰਨਾ, ਇਹ ਸਰਵ ਧਰਮ ਹੈ, ਸ੍ਰੇਸ਼ਟ ਧਰਮ ਆ। ਅਸੀਂ ਉਸ ਰਸਤੇ 'ਚ ਕਿਉਂ ਨਹੀਂ ਚੱਲਦੇ? ਕਿਉਂਕਿ ਉਹ ਔਖਾ, ਇੱਕ ਮਨੁੱਖ ਨੇ ਥਾਪਨਾ ਦੇ ਦਿੱਤੀ ਜੀ, ਆਸ਼ੀਰਵਾਦ ਦੇ ਦਿੱਤਾ ਜੀ, ਲੋਕ ਮਾਨਸਤਾ ਲੋਕਾਂ ਦੀ ਗਰੀਬ ਹੈ, ਗੁਲਾਮ ਹੈ, ਉੱਧਰ ਉੱਤਰ ਪੈਂਦੇ।